अच्छा जी, US वीज़ा H-1B वीज़ा कार्यक्रम दे विच बदलाव दी तैयारी दे विच बाइडन प्रशासन ते स्टूडेंट ते कर्मचारियों नूं फायदा होएगा। सो जी, अमेरिका दी जो तैयारी कर रहे हैं ते तुहाडे लई इह बड़ी वधिया जानकारी आ। भारतीय पेशेवरां दे विच बेहद लोकप्रिय H-1B वीज़ा कार्यक्रम दे विच अमेरिका बदलाव करन जा रहा है। बाइडन प्रशासन ने इहनूं लै के नवां प्रस्ताव पेश कीता। इहदा मकसद पात्रता तो युक्ति संगत बना के दक्षता दे विच सुधार करना ते F-1 छात्र जिहड़े जिहड़े उद्यमी आ ते गैर लाभकारी निकायां दे लई काम करन वाले लोकां नूं ज़्यादा लचीलापन प्रदान करना। सो ऑप्शनस ज़्यादा हो जाणगियां ते इह बार बार कहा जा रहा सीगा कि ईजी इह करनगे ते हुण तुसीं जाके चैक भी करियो जदों अप्लाई भी करदे आ। ते ਇਹ ਵੀ ਨਾਲ ਕਿਹਾ ਜੀ ਵੀਜ਼ਾ ਦੀ ਸੰਖਿਆ ਦੇ ਵਿੱਚ ਕੋਈ ਬਦਲਾਅ ਜਿਹੜਾ ਉਹ ਨਹੀਂ ਹੋਏਗਾ। ਇਹਨਾਂ ਨਿਯਮਾਂ ਨੂੰ 23 ਅਕਤੂਬਰ ਨੂੰ ਸੰਘੀ ਰਜਿਸਟਰ ਦੇ ਵਿੱਚ ਅਧਿਕਾਰਿਕ ਰੂਪ ਦੇ ਵਿੱਚ ਪੇਸ਼ ਕੀਤਾ ਜਾਏਗਾ ਤੇ 60,000 ਦੀ ਸੰਖਿਆ ਜਿਹੜੀ ਲਗਭਗ ਹੁੰਦੀ ਹੈ ਤੇ ਕੋਈ ਵੀ ਜਿਹੜਾ ਉਹਦੇ 'ਚ ਬਦਲਾਅ ਨਹੀਂ ਕੀਤਾ ਜਾਏਗਾ। ਸੋ ਖਾਸ ਤੁਹਾਨੂੰ ਇਹਦੇ 'ਚ ਦੱਸ ਦਿੰਦਾ ਕਿ ਪੰਜੀਕਰਨ ਜਮ੍ਹਾਂ ਕਰਾਉਣ ਵਾਲੇ ਸ਼ਖਸ ਨੂੰ ਚੈਨ ਪ੍ਰਕਿਰਿਆ ਦੇ ਵਿੱਚ ਕੇਵਲ ਇੱਕ ਵਾਰੀ ਸ਼ਾਮਲ ਕੀਤਾ ਜਾਏਗਾ, ਚਾਹੇ ਪੰਜੀਕਰਨ ਦੀ ਸੰਖਿਆ ਜਿੰਨੀ ਵੀ ਹੋਵੇ। ਇਹਦੇ ਨਾਲ ਪੰਜੀਕਰਨ ਪ੍ਰਕਿਰਿਆ ਦਾ ਦੁਰਉਪਯੋਗ ਰੁਕੇਗਾ ਤੇ F-1 ਵੀਜ਼ਾ ਵਾਲੇ ਸਟੂਡੈਂਟ ਜਦੋਂ H-1B ਵੀਜ਼ਾ ਦੇ ਵਿੱਚ ਬਦਲਾਅ ਚਾਹਣਗੇ ਤਾਂ ਉਹਨਾਂ ਨੂੰ ਜਿਹੜੀ ਇਹ ਸਿਸਟਮ ਆ ਸਾਰਾ ਇਹਦੇ 'ਚ ਲਚੀਲਾਪਨ ਰੁੱਖ ਜਿਹੜਾ ਉਹ ਅਪਣਾਇਆ ਜਾਏਗਾ। ਸੋ ਗੌਰਤਲਬ ਆ ਕਿ H-1 ਵੀਜ਼ਾ ਇਹ ਵੀਜ਼ਾ ਇੱਕ ਗੈਰ ਪ੍ਰਵਾਸੀ ਵੀਜ਼ਾ ਆ ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਜਿਹੜੇ ਕੰਮ ਕਰਨ ਵਾਲੇ ਆ ਉਹਨਾਂ ਨੂੰ ਜਿਹੜੇ ਸਪੈਸ਼ਲ ਇਹਨਾਂ ਦੀਆਂ ਕੈਟਾਗਰੀਆਂ ਹੁੰਦੀਆਂ ਉਹਦੇ 'ਚ ਜਿਹੜਾ ਨਿਯੋਜਿਤ ਕਰਨ ਦੀ ਅਨੁਮਤੀ ਦਿੰਦਾ ਆ। ਸੋ L-1 ਵੀਜ਼ਾ ਦੇ ਜਿਹੜੇ ਉਹ ਪਾਤਰ ਨਹੀਂ ਹੋਣਗੇ ਏਕਲ ਸਵਾਮੀਤਵ ਵਾਲੀ ਕੰਪਨੀ ਦੇ ਮਾਲਕ ਤੇ ਵਿਦੇਸ਼ੀ ਸਟੂਡੈਂਟਸ ਤੇ ਜਿਹੜੇ ਪ੍ਰਸ਼ਿਕਸ਼ਣ ਕਾਰਜਕ੍ਰਮ ਦੇ ਵਿੱਚ ਵੀ ਬਦਲਾਅ ਦੀ ਮੰਗ ਕੀਤੀ ਜਾ ਰਹੀ ਆ। ਸੋ ਚੈੱਕ ਕਰਿਓ ਜੀ, ਸਾਰੀਆਂ ਡਿਟੇਲਸ ਜਿਹੜੀਆਂ ਉਹ ਆ ਰਹੀਆਂ।